ਉਸ ਬੰਦੇ ਦੇ ਘਰ 'ਚ 6 ਕੁੜੀਆਂ ਹੋਈਆਂ, ਉਹਨੇ ਕਦੇ ਰੱਬ ਨਾਲ ਕੋਈ ਗਲਾ ਨਹੀਂ, ਕਦੇ ਮੁੰਡੇ ਦੀ ਮੰਗ ਨਹੀਂ, ਕੁਛ ਨਹੀਂ। ਔਰ ਉਹ ਮੰਦਿਰ ਬਣਾਉਂਦਾ, ਮਸਜਿਦ ਬਣਾਉਂਦਾ, ਧਰਮ ਦੇ ਨਾਂ 'ਤੇ ਬਹੁਤ ਪਵਿੱਤਰ ਆਦਮੀ, ਅਤੇ ਉਹਦੀ ਬੜੀ ਜੈ ਜੈਕਾਰ, ਅਤੇ ਉਹ ਗਰੀਬਾਂ 'ਚ ਬੜੀ ਮਦਦ ਕਰਨ ਵਾਲਾ ਬੰਦਾ ਸੀ। ਦੂਣੀ ਚੰਦ ਦੀ ਬਦਕਿਸਮਤੀ ਹੈ ਕਿ ਜਿਸ ਬੰਦੇ ਦੇ ਨਾਲ ਉਹਦੀ ਸਾਂਝ ਹੈ, ਉਹ ਬੰਦਾ ਜਿਹੜਾ ਹੈ ਉਹਦਾ ਘਰ ਪਟਣਾ ਚਾਹੁੰਦਾ, ਕਹਿੰਦਾ ਮਹਾਰਾਜ ਇਹ ਵਾਰਿਸ ਗੱਦੀ ਦਾ ਹੈ ਨਹੀਂ ਆਪਣੇ। ਦੇਖੋ ਗੱਲ ਦਿਮਾਗ 'ਚ ਆਉਂਦਾ ਪਾਉਂਦਾ, ਜਿਹੜੀ ਦਿਮਾਗ 'ਚ ਆਈ ਨਹੀਂ ਗੱਲ, ਉਹਨੇ ਅਲਫਾਜ਼ ਕਹੇ, ਕਹਿੰਦਾ ਵੱਡੀ ਕੁੜੀ ਨੂੰ ਮੈਂ ਤਖ਼ਤ 'ਤੇ ਬਿਠਾ ਦੇਣਾ, ਕਿਹੜੀ ਗੱਲ ਹੈ। ਜਦ ਉਹਨੇ ਪੁੱਛਿਆ ਉਸ ਖੁਸ਼ੀ 'ਚ ਬਈ ਬੇਟਾ ਹੋਇਆ ਨਾ, ਪੁੱਤ ਹੋਇਆ ਨਾ, ਉਹ ਕਹਿੰਦੀ ਨਹੀਂ। ਉਹ ਕਹਿੰਦਾ ਤੂੰ ਝੂਠ ਬੋਲਦੀ, ਤੂੰ ਝੂਠ ਬੋਲਦੀ, 3-4 ਵਾਰੀ ਕਿਹਾ, ਦੱਸ ਮੁੰਡਾ ਹੋਇਆ ਨਾ, ਕਹਿੰਦੀ ਨਹੀਂ। ਫਿਰ ਉਹ ਮਾਲਾ ਜਿਹੜੀ ਤੋੜਦਾ, ਫਿਰ ਉਹ ਕਹਿੰਦਾ ਤੂੰ ਹੈ ਨਹੀਂ, ਰੱਬ ਹੈ ਨਹੀਂ। ਜਿਸ ਧੀ ਨੂੰ ਉਹ ਬਹੁਤ ਪਿਆਰ ਕਰਦਾ ਸੀ, ਉਹਦਾ ਨਾਮਕਰਨ ਵੀ ਨਹੀਂ ਕੀਤਾ ਜਦੋਂ ਗੁੱਦੀ 'ਚ ਉਹਨੂੰ ਲੈ ਕੇ ਆਈ, ਲੇਕਿਨ ਉਹਨੂੰ ਇਹ ਹੋਇਆ ਵੀ ਇਹ ਕੁੜੀ ਰਜਨੀ ਮੇਰੇ ਮੁੰਡੇ ਦੀ ਥਾਂ 'ਤੇ ਆਈ ਹੈ, ਰੌਲਾ। ਇੱਕ ਡੁਬਕੀ ਲਾਉਣ ਨਾਲ 10 ਸਾਲਾਂ ਦਾ ਮੈਂਟਲੀ ਅਪਸੈਟ ਬੰਦਾ ਜੀ ਵਿੱਚੋਂ ਨਿਕਲਿਆ, ਉਹ ਕਹਿੰਦਾ ਉਹ ਆਹ ਕੱਪੜੇ ਪਾ ਕੇ ਮੈਨੂੰ ਲੈ ਕੇ ਆਏ ਸੀ ਦਰਬਾਰ ਸਾਹਿਬ, ਇਹ ਸਾਡੇ ਘਰ ਦੀ ਕਹਾਣੀ, ਮੈਨੂੰ ਇਸ ਕਦਰ ਵਿਸ਼ਵਾਸ ਆ ਉਸ ਥਾਂ 'ਤੇ। ਇਹ ਰੱਬ ਕਿਤੇ ਤੁੱਠਾ ਹੋਵੇ ਨਾ, ਗੁਰੂ ਦੀ ਕਿਰਪਾ ਹੋਵੇ, ਉਹ ਗੁਰੂ ਮਹਾਰਾਜ ਕਿਤੇ ਆਸ਼ੀਰਵਾਦ ਦੇ ਦੇਣ ਧੀਏ, ਤਾਂ ਫਿਰ ਇਹੋ ਜਿਹਾ ਜਪਾਉਂਦਾ ਹੈ ਕਿ ਫਿਰ ਬੰਦਾ ਆਪ ਨਹੀਂ ਜਪ ਸਕਦਾ, ਕਦੇ ਉਹਦੀ ਕਿਰਪਾ ਹੋਵੇ ਤਾਂ ਜਪਾਉਂਦਾ। ਅੱਜ ਦੇ ਨਵੇਂ ਪੋਡਕਾਸਟ ਵਿੱਚ ਆਪ ਦਾ ਸਵਾਗਤ ਹੈ ਜੀ। ਜਿਵੇਂ ਕਿ ਅਕਸਰ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜਿਨ੍ਹਾਂ ਦੀ ਸਾਡੇ ਸਮਾਜ ਨੂੰ ਕੋਈ ਦੇਣ ਆ। ਜਦੋਂ ਗੁਰਬਾਣੀ ਪੜ੍ਹਦਾ, ਇੱਕ ਸ਼ਬਦ ਹਮੇਸ਼ਾ ਜਦੋਂ ਵੀ ਕਿਤੇ ਆਉਂਦਾ ਤਾਂ ਮੈਂ ਰੁਕਦਾ। ਮਹਾਰਾਜ ਲਿਖਿਆ, ਰਾਮ ਜਪੋ ਜੀ ਐਸੇ ਐਸੇ, ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਅਤੇ ਮੈਂ ਬਹੁਤ ਗਿਆਨੀ ਮਹਾਂਪੁਰਸ਼ਾਂ ਨੂੰ ਪੁੱਛਿਆ ਜੀ ਵੀ ਧਰੂਮ ਅਤੇ ਪ੍ਰਹਲਾਦ ਨੇ ਨਾਮ ਕਿਵੇਂ ਜਪਿਆ, ਕਿਉਂਕਿ ਕਿਤੇ ਸਬੂਤ ਨਹੀਂ ਮਿਲਦਾ ਵੀ ਕਿਵੇਂ ਜਪਿਆ। ਪਰ ਉਹਦੇ ਵਿੱਚ ਅਸਲ ਮੁੱਦਾ ਇਹ ਆ ਕਿ ਉਹਨਾਂ ਨੇ ਸ਼ਿੱਦਤ ਨਾਲ, ਸਿਦਕ ਨਾਲ ਅਤੇ ਭਰੋਸੇ ਨਾਲ ਜਪਿਆ। ਧਰੂਮ ਅਤੇ ਪ੍ਰਹਲਾਦ ਦੇ ਜੀਵਨ ਦੇ ਵਿੱਚ ਭਰੋਸਾ ਅਤੇ ਸਿਦਕ ਸੀ, ਜੀਵਨ ਦੀ ਬਾਜ਼ੀ ਲਾਉਣ ਦੀ ਗੱਲ ਸੀ। ਸੋ ਅੱਜ ਜਿਨ੍ਹਾਂ ਸ਼ਖਸੀਅਤਾਂ ਨੂੰ ਅਸੀਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਮੇਰੇ ਨਾਲ ਸਰਦਾਰ ਯੋਗਰਾਜ ਸਿੰਘ ਜੀ, ਬਹੁਤ ਚਿਰਾਂ ਤੋਂ ਸਾਂਝ ਹੈ ਇਹਨਾਂ ਨਾਲ, ਪਿਆਰ ਕਰਦੇ ਨੇ, ਬਾਪੂ ਵਾਲਾ ਪਿਆਰ ਮਿਲਦਾ ਇਹਨਾਂ ਤੋਂ ਹਮੇਸ਼ਾ, ਅਤੇ ਨਾਲ ਸਾਡੀ ਬੱਚੀ ਰੂਪੀ ਗਿੱਲ, ਪਹਿਲੀ ਵਾਰੀ ਮਿਲੇ ਹਾਂ ਪਰ ਬਹੁਤ ਗੱਲਾਂ ਮੈਂ ਇਹਨਾਂ ਬਾਰੇ ਜਾਣਦਾ, ਇਹਨਾਂ ਦੀ ਐਕਟਿੰਗ ਬਾਰੇ ਅਤੇ ਇਹਨਾਂ ਦੇ ਜੀਵਨ ਬਾਰੇ, ਆਪਦੇ ਜੀਵਨ ਕਿਹੋ ਜਿਹਾ ਹੈਗਾ, ਅਤੇ ਜਿਹੜੀ ਫਿਲਮ ਇਹ ਲੈ ਕੇ ਆਏ ਨੇ ਬੀਬੀ ਰਜਨੀ ਜੀ ਬਾਰੇ। ਪਹਿਲਾਂ ਵੀ ਭਾਵੇਂ ਇੱਕ ਫਿਲਮ ਬਣੀ ਆ ਪਰ ਹੁਣ ਨਵੇਂ ਮਿਊਜ਼ਿਕ ਦੇ ਵਿੱਚ, ਨਵੇਂ ਐਂਗਲ ਤੋਂ ਅਤੇ ਨਵੇਂ ਐਕਟਰਾਂ ਦੇ ਨਾਲ, ਰੂਪੀ ਗਿੱਲ ਜੀ ਲਈ ਇਹ ਬਹੁਤ ਵੱਡਾ ਸ਼ਾਹਕਾਰ ਹੋਏਗਾ, ਕਿਉਂਕਿ ਇਹ ਕਹਾਣੀ ਹੀ ਬਹੁਤ ਕਮਾਲ ਦੀ ਆ। ਭਾਵੇਂ ਕਿ ਇਹਦੇ 'ਤੇ ਬਹੁਤ ਵੱਡੀ ਡਿਬੇਟ ਆ ਕਿ ਸਿੱਖ ਧਰਮ ਬਾਰੇ ਜਾਂ ਧਰਮ ਬਾਰੇ ਫਿਲਮਾਂ ਬਣਨੀਆਂ ਚਾਹੀਦੀਆਂ ਜਾਂ ਨਹੀਂ ਬਣਨੀਆਂ ਚਾਹੀਦੀਆਂ, ਇਹ ਵੀ ਗੱਲਾਂ ਬਾਤਾਂ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਬਾਈ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਇੱਕ ਨਾ ਬੜੀ ਖੂਬਸੂਰਤ ਤੁਸੀਂ ਗੱਲ ਕਹੀ ਹੈ ਵੀ ਨਾਮ ਜਪਣ ਦੀ ਗੱਲ ਆਪਾਂ ਕਰਦੇ ਹਾਂ। ਮੈਂ ਬਹੁਤ ਵੱਡਾ ਭਾਗੀ ਹਾਂ, ਮੈਂ ਤਾਂ ਗੁਰੂ ਦੀ ਜੁੱਤੀ ਦੀ ਮਿੱਟੀ ਜੋਗਾ ਵੀ ਹੈ ਨਹੀਂ, ਗੁਰੂ ਘਰ ਦੇ ਕੁੱਕਰਾਂ ਦਾ ਕੁੱਕਰ ਜੋਗਾ ਵੀ ਹੈ ਨਹੀਂ, ਪਰ ਇੱਕ ਚੀਜ਼ ਮੈਂ ਐਕਸਪੀਰੀਅੰਸ ਕੀਤਾ, ਅਨੁਭਵ ਕੀਤਾ ਲਾਈਫ ਦੇ ਵਿੱਚ, ਕਰਾਇਆ ਗੁਰੂ ਮਹਾਰਾਜ। ਬੜੀ ਮੇਰੀ ਇੱਛਾ ਰਹਿੰਦੀ ਸੀ ਕਿ ਮੇਰੀ ਵੀ 2 ਵਜੇ ਜਾਗ ਖੁੱਲ੍ਹੇ, ਗੁਰੂ ਮਹਾਰਾਜ ਮੈਨੂੰ ਵੀ ਉਠਾਈ, ਮੈਂ ਵੀ ਬਾਣੀ ਪੜ੍ਹਾਂ, ਮੇਰੇ ਵੀ 2,500 ਸਵਾਸ ਲੇਖੇ ਲੱਗਣ। ਬੜਾ ਚਿਰ ਤੋਂ ਮਨ 'ਚ ਹੁੰਦਾ ਸੀ, ਪਰ ਕੁਦਰਤੀ ਉਹ ਗੱਲ ਨਹੀਂ ਸੀ ਬਣਦੀ। ਮੈਂ ਜਾਣਾ, ਮੈਂ ਰੋਣਾ, ਬਾਬਾ ਦੀਪ ਸਿੰਘ ਜੀ ਚਰਨਾਂ 'ਚ ਬਹਿ ਜਾਣਾ, ਉੱਤੇ ਸੱਚਖੰਡ ਬਣਿਆ ਹੋਇਆ ਤਾਲਾ ਸਾਹਿਬ। ਮੈਂ ਮੇਰਾ ਨੰਬਰ ਕਾਹਦਾ ਲੱਗਣਾ ਬਾਬਾ ਜੀ, ਮੈਨੂੰ ਇਹ ਕਹਿਣਾ ਖੜਾ, ਕੋਈ ਗੱਲ ਨਹੀਂ, ਮੈਂ ਕਰਨਾ ਜੀ ਪਾਠ, ਕਰਨਾ ਕਰੀ ਜਾਣਾ। ਇੱਕ ਦਿਨ ਬਾਈ ਜੀ ਕੀ ਹੋਇਆ, 2 ਵਜੇ ਮੈਨੂੰ ਨਾ ਕਿਸੇ ਨੇ ਬਾਂਹ ਫੜ ਕੇ ਇੱਦਾਂ ਐਂ ਕਰਕੇ ਉਠਾਇਆ, ਝਟਕਾ ਵੱਜਿਆ ਮੈਨੂੰ ਬੜੀ ਜ਼ੋਰ ਦੀ, ਅਤੇ ਮੈਂ ਘਰੇ ਸੀ। ਅੱਛਾ, ਇਹ ਗੱਲ ਮੈਂ ਤਾਂ ਸ਼ੁਰੂ ਕੀਤੀ, ਸ਼ੁਰੂਆਤ ਹੀ ਉੱਥੋਂ ਕਰਦੀ ਹੈ, ਅਤੇ ਬੇਟੀ ਨੂੰ ਵੀ ਇਹ ਗੱਲ ਸੁਣਾਉਣੀ ਹੈ। ਅਤੇ ਮੈਂ ਉੱਠਿਆ, ਅਤੇ ਉੱਠ ਕੇ ਮੈਂ ਫਟਾਫਟ, ਮਹਾਰਾਜ ਨੇ ਮੈਨੂੰ ਨਹਾ ਧੁਆ ਕੇ ਕੱਪੜੇ ਪਾ ਕੇ ਦਸਤਾਰ ਬੰਨ੍ਹੀ, ਮੈਂ ਮਹਾਰਾਜ ਨੇ ਬਣਾਈ ਅਤੇ ਚੌਂਕੜਾ ਮਾਰ ਕੇ ਪਾਠ ਸ਼ੁਰੂ ਕਰਤਾ। ਹੁਣ ਜਪਣ ਐਂ ਕਰਕੇ ਤੁਸੀਂ ਲਿਵ ਲਾ ਲਓ, ਜਪਿਆ ਨਹੀਂ ਜਾਂਦਾ ਜਦ ਤੱਕ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਮੇਰੀ ਸੁਭਾਅ ਆ ਰੱਬ ਨੇ ਗੁਰੂ ਮਹਾਰਾਜ ਨੇ ਬਣਾਇਆ। ਘਰਦਿਆਂ ਨੂੰ ਪ੍ਰੋਬਲਮ ਹੋ ਗਈ ਵੀ ਬਾਪੂ 3 ਵਜੇ ਉੱਠ ਖੜਦਾ ਹੈ, ਨਿਆਣੇ ਸੁੱਤੇ ਪਏ ਆ, ਕੀ ਕੰਮ ਹੋਈ ਜਾਂਦਾ ਹੈ। ਮੈਨੂੰ ਗੱਲ ਕਹਿਤੀ ਕੋਈ ਗੱਲ, ਮੇਰੇ ਬੜੀ ਲੱਗੀ, ਬੜੀ ਜ਼ੋਰ ਦੀ। ਮੈਂ ਕਿਹਾ ਵੀ ਮਨਾ ਰਹਿਣਾ ਨਹੀਂ ਹੁਣ ਇੱਥੇ, ਬਾਪੂ ਫੈਸਲਾ ਤੁਸੀਂ ਕਰ ਲਓ, ਮੈਨੂੰ ਯਾਦ ਅੱਡ ਕਰ ਦੇ। ਮੈਨੂੰ ਪਤਾ ਨਹੀਂ ਜੀ ਕੀ ਹੋਇਆ, ਮੈਂ ਆਪਦੇ ਜੀ ਪਾਸੇ ਹੋ ਕੇ 2 ਕਮਰੇ ਲੈ ਲਏ ਬਾਈ। 20 ਸਾਲ ਹੋ ਗਏ ਜਿਸ ਗੱਲ, ਅੱਛਾ ਵੀ 22 ਸਾਲ ਹੀ ਹੋ ਗਏ ਮੈਨੂੰ ਜੀ ਉਸ ਮਹਾਰਾਜ ਨੇ, ਆਪਾਂ ਗੱਲ ਉੱਥੇ ਹੀ ਆ, ਉੱਥੇ ਹੀ ਲਿਆਉਣੀ, ਅਤੇ ਮੈਂ ਜਪਾਂ, ਮੇਰਾ ਮਨ ਕਿਤੇ, ਮੇਰਾ ਤਿਲ ਕਿਤੇ, ਮੇਰਾ ਕਿਤੇ, ਮੈਂ ਕੋਈ ਗੱਲ ਨਹੀਂ, ਜਿਮ ਜਾਵਾਂ ਜੀ, ਮੈਂ ਰਾਤ ਨੂੰ ਬਾਰਿਸ਼ ਪੈਂਦੀ ਕਿਤੇ ਜੰਗਲਾਂ 'ਚ ਚੱਲ, ਇੱਥੇ ਚੱਲ, ਉੱਥੇ ਚੱਲ, ਮਹਾਰਾਜ ਜੋ ਕਰਦੇ ਰਹੇ ਜੀ, ਕਰਦੇ। ਮੈਂ ਕਿਹਾ ਮਹਾਰਾਜ ਇੱਕ ਮੇਰੇ ਮਨ 'ਚ ਹੋਰ ਗੱਲ ਹੈ ਵੀ 24 ਘੰਟੇ ਜੋ ਪਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਆਹ ਵੀ ਮਹਾਰਾਜ ਕਰਦੇ, ਆਹ ਵੀ ਕਰਦੇ ਅੰਦਰ ਚੱਲੇ। ਉਹ ਬਾਈ ਜੀ ਦਿਨ ਆਇਆ, ਅਤੇ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹ ਰੱਬ ਕਿਤੇ ਤੁੱਠਾ ਹੋਵੇ ਨਾ, ਗੁਰੂ ਦੀ ਕਿਰਪਾ ਹੋਵੇ, ਉਹ ਗੁਰੂ ਮਹਾਰਾਜ ਕਿਤੇ ਆਸ਼ੀਰਵਾਦ ਦੇ ਦੇਣ ਧੀਏ, ਤਾਂ ਫਿਰ ਇਹੋ ਜਿਹਾ ਜਪਾਉਂਦਾ ਕਿ ਫਿਰ ਬੰਦਾ ਆਪ ਨਹੀਂ ਜਪ ਸਕਦਾ, ਕਦੇ ਉਹਦੀ ਕਿਰਪਾ ਹੋਵੇ ਤਾਂ ਜਪਾਉਂਦਾ। ਤਾਂ ਮੈਂ ਬਿਲਕੁਲ ਜੀ, ਮਹਾਰਾਜ ਨੇ ਕਿਹਾ ਬਾਣੀ ਦੇ ਵਿੱਚ ਵੀ ਫਰਮਾਨ ਹੈ ਜੀ ਇਸ ਗੱਲ ਦਾ, ਉਹ ਕਹਿੰਦੇ ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਅਠਾਲ, ਆਹ ਕਹਿੰਦੇ ਇੱਕ ਜਾਗਦੇ ਹੋਏ ਨਹੀਂ ਲੈਂਦੇ, ਕਈਆਂ ਨੂੰ ਸੁੱਤਿਆਂ ਨੂੰ ਉਠਾਲ ਕੇ ਦਿੰਦਾ ਦਾਤਾਂ, ਦਾਤਾਂ ਸਾਹਿਬ ਸੰਧੀਆਂ ਜਿਹੜੀਆਂ ਦਾਤਾਂ ਨੇ ਉਹ ਜਿਹਨੂੰ ਦੇਣੀਆਂ ਨੇ ਸੁੱਤਿਆਂ ਉਠਾਲ ਕੇ ਦਿੰਦਾ। ਸੋ ਆਪ ਜੀ ਦੇ ਵੱਡੇ ਭਾਗ ਜੀ ਇਹ ਬੀਬੀ ਰਜਨੀ ਦਾ ਪ੍ਰਸੰਗ ਆਪ ਜੀ ਦੇ ਹਿੱਸੇ ਆਇਆ। ਬਾਈ ਜੀ ਜਿਵੇਂ ਆਪਾਂ 10-15 ਸਾਲ ਪਹਿਲਾਂ ਇੱਕ ਵਾਰੀ ਮਿਲੇ ਸੀਗੇ, ਫਿਰ ਵੀ 1-2 ਵਾਰੀ ਮਿਲੇ ਹਨ, ਹੈ ਨਾ, ਤੁਹਾਡੇ ਲਿਬਾਸ 'ਚ ਤੁਹਾਡੇ ਬਾਣੀ 'ਚ ਚੇਂਜ ਆ ਗਈ, ਤੁਹਾਡੇ ਚਿਹਰੇ 'ਤੇ ਲਾਲੀ ਵੀ ਵੱਖਰੀ ਹੋ ਗਈ। ਪਹਿਲਾਂ ਯੋਗਰਾਜ ਸੀਗਾ ਬਈ ਬੈਲੀ ਬੰਦਾ ਲੱਗਦਾ ਸੀ, ਹੁਣ ਲੱਗਦਾ ਗੁਰਮੁਖ ਬੰਦਾ,
ਚੀਰਾ ਲਾਲੀ ਭਾਮ ਭਾ ਮਾਰਦੀ ਆ, ਇਹ ਅੰਦਰੋਂ ਬਾਹਰੋਂ ਬਣ ਗਈ ਗੱਲ, ਸੁਰ ਹੋਈ ਗੱਲ ਕਹਾਣੀ? ਮੈਨੂੰ ਇਸ ਗੱਲ ਤਾਂ ਤਾਣੀ ਜੀ ਪਤਾ, ਉਹ ਤਾਂ ਗੁਰੂ ਨੂੰ ਪਤਾ, ਪਰ ਇੰਨਾ ਜ਼ਰੂਰ ਹੈ ਵੀ ਇਹ ਦਾੜਾ ਰੱਖ ਕੇ ਨਾ, ਅਤੇ ਪਿਤਾ ਜੀ ਅਤੇ ਬਾਪੂ ਜੀ ਅਤੇ ਮਾਤਾ ਜੀ ਦੀ ਨਾ ਤਸਵੀਰ ਲੱਗੀ ਸੀ ਵੱਡੀ ਸਰੂਪ, ਅਤੇ ਨਾਲ ਬਾਬਾ ਦੀਪ ਸਿੰਘ ਜੀ ਅਤੇ ਦਸਵੇਂ ਪਾਤਸ਼ਾਹ ਅਤੇ ਗੁਰੂ ਘਰ ਜਿੱਥੇ ਮੈਂ ਰਹਿਣਾ ਜੀ, ਉੱਥੇ ਬਹੁਤ ਬਣਾਇਆ, ਕਦੇ ਆਇਓ ਤੁਸੀਂ ਦਰਸ਼ਨ ਕਰਿਓ, ਅਤੇ ਮੈਂ ਹੱਥ ਜੋੜ ਕੇ ਨਾ ਬਹੁਤ ਰੋਣ ਲੱਗ ਗਿਆ। ਮੈਂ ਅਕਸਰ ਹੁਣ ਵੀ ਰੋ ਪਿਆ, ਮੇਰਾ ਪਤਾ ਨਹੀਂ ਕੀ ਗੱਲ। ਮੈਂ ਮਹਾਰਾਜ ਇੱਕ ਬਹੁਤ ਵੱਡੀ ਗਲਤੀ ਹੈ, ਗੁਨਾਹ ਕੀਤਾ, ਕੇਸ ਕਤਲ ਕਰਾਏ ਜੀ, ਮੇਰੇ ਐਡੇ ਐਡੇ ਵਾਲ ਸੀ ਜੀ, ਮੇਰੇ ਜੂੜਾ ਸੀ ਜੀ, ਮੇਰੀ ਦਸਤਾਰ ਮਾਂ ਮੇਰੀ ਬੰਨਦੀ ਹੁੰਦੀ, ਮੈਂ ਮੇਰੀ ਸਜ਼ਾਵਾਂ ਬਹੁਤ ਘੱਟ ਗਈਆਂ, ਅਤੇ ਮੇਰੀ ਕਿਰਪਾ ਕਰੇ। ਡਾਕਟਰ ਕਹਿੰਦੇ ਵਾਲ ਨਹੀਂ ਆਉਣੇ। ਅੱਛਾ, ਹੁਣ ਨਹੀਂ ਆਉਣੇ? ਨਹੀਂ ਆਉਣੇ। ਮੈਂ ਗੁਰੂ ਮਹਾਰਾਜ, ਮੈਂ ਜੀ ਮੈਂ ਸਜਣਾ, ਅਜੇ ਮੈਂ ਸਜਿਆ ਨਹੀਂ, ਮੈਂ ਤਾਂ ਜਿੱਦਣ ਅੰਮ੍ਰਿਤ ਛਕਾ ਦੇਣਗੇ ਮੈਨੂੰ, ਮੇਰੇ ਜੂੜਾ ਹੋਜੂ। ਮੈਂ ਜੀ ਡਾਕਟਰ ਕੋਈ ਮਿਲ ਗਿਆ, ਬੇਟਾ ਮੈਨੂੰ ਕਹਿੰਦੇ ਜੀ ਉੱਥੇ ਇੰਜੈਕਸ਼ਨ ਲੱਗਦੇ, ਮੇਰੀ ਧੀ ਮੈਨੂੰ ਕਹਿੰਦੀ ਬੇਟੀ ਐਵੀਂ ਵੀ ਪਾਪਾ ਉਹ ਇੰਜੈਕਸ਼ਨ ਲਾਓ ਤਾਂ ਵਾਲ ਆ ਜਾਂਦੇ। ਮੈਂ ਭਾਵਾ ਮੇਰਾ ਸਾਰਾ ਸਿਰ ਪਾੜ ਦੇ ਵੀ ਮੇਰੇ ਕੋਲ ਡਾਕਟਰ ਕੋਲ ਲੈ ਚੱਲ। ਅਸੀਂ ਚਲੇ ਗਏ, ਮੈਂ ਡਾਕਟਰ ਕਿਹਾ, ਮੈਂ ਬੇਨਤੀ ਗੁਰੂ ਮਹਾਰਾਜ ਨੇ ਤੇਰੇ ਕੋਲ ਭੇਜਿਆ। ਉਹ ਕਹਿੰਦਾ ਜੀ ਮੈਂ ਤੁਹਾਡੇ ਐਡੇ ਐਡੇ ਵਾਲ ਦੁਬਾਰਾ ਕਰ ਦੂੰਗਾ। ਕਿਆ ਬਾਤ! ਮੇਰੇ ਜੀ ਉਹਨੇ ਟੀਕੇ ਸਿਰ ਚ ਲਾਉਣੇ ਸ਼ੁਰੂ ਕੀਤੇ, ਮੇਰੇ ਦਰਦ ਹੋਵੇ, ਬੁਰਾ ਹਾਲ, ਇੱਥੋਂ ਸੂਲ ਵੱਜੇ, ਇੱਥੋਂ ਵੱਜੇ, ਅਤੇ ਮਹਾਰਾਜ ਮੈਨੂੰ ਕਹਿਣ ਕੋਈ ਨਹੀਂ, ਇਹ ਤੂੰ ਜਿਹੜਾ ਗੁਨਾਹ ਕੀਤਾ ਮੈਂ ਸਾਰੇ ਕਟਾ ਦਿੱਤੇ, ਫਿਕਰ ਨਾ ਕਰ। ਮੇਰੇ ਜੀ ਵਾਲ ਐਡੇ ਐਡੇ ਹੋ ਗਏ। ਕਿਆ ਬਾਤ ਹੈ! ਹੈ ਜੀ, ਉਹ ਮੈਂ ਡਾਕਟਰ ਕਹਿੰਦਾ ਲਓ ਜੀ ਗੱਲ ਬਣ ਗਈ, ਅਤੇ ਹੁਣ ਬਸ ਇਹ ਵੀ 10-15 ਸਿਟਿੰਗ ਆਉਣਗੇ, ਉਸ ਤੋਂ ਬਾਅਦ ਤੁਹਾਡੇ ਵਾਲ ਵੱਡੇ ਹੋ ਜਾਣਗੇ। ਸੋ ਜਿਹੜੀ ਸਰੂਪ ਦੀ ਗੱਲ ਕੀਤੀ ਹੈ, ਮੈਨੂੰ ਪਤਾ ਹੀ ਹੋਣ ਲੱਗਿਆ, ਅਤੇ ਹੁਣ ਇਹ ਮਨ 'ਚ ਆਈਏ ਵੀ ਬੰਦਾ ਹੀ ਹੁਣ ਬਣਿਆ, ਪਹਿਲਾਂ ਤਾਂ ਸਾਰਾ ਜੀਵਨ ਤੂੰ ਵਿਅਰਥ ਕਰਤਾ, ਗੱਲ ਇੱਥੇ। ਮੈਂ ਆਹ ਬਿਟੀਆਂ ਨੇ ਰੋਲ ਕੀਤਾ ਇਸ ਫਿਲਮ ਦੇ ਵਿੱਚ, ਮੈਂ ਜਦ ਰਜਨੀ ਬਾਰੇ ਸੋਚਦਾ ਜਾਂ ਫਿਰ ਰੂਪੀ ਅਤੇ ਰਜਨੀ ਨੂੰ ਜਾਂ ਮਿਕਸ ਕਰਦਾ, ਅਤੇ ਮੈਂ ਜਦ ਵੀ ਇਹਨੂੰ ਨਹੀਂ ਪਤਾ, ਜਦ ਵੀ ਇਹ ਜਾਂਦੇ ਸੀ ਤਾਂ ਮੈਂ ਨਾ ਕਰਕੇ ਤੁਰਿਆ ਆਉਂਦਾ ਹੁੰਦਾ ਸੀ ਬਈ, ਇੱਕ ਸਿਦਕ ਇੱਕ ਭਾਵਨਾ ਐਡੀ ਵੀ ਬੰਦੇ ਦੀ ਹੋ ਸਕਦੀ ਹੈ, ਸ਼ਾਇਦ ਇੱਕ ਔਰਤ ਹੀ ਕਰ ਸਕਦੀ ਹੈ ਜਿਹਦੇ ਵਿੱਚ ਇਹ ਲਿਖਿਆ, ਏਕਾ ਮਾਈ ਜੁਗਤ ਵਿਆਹੀ ਤੇ ਚੇਲੇ ਪਰਵਾਨ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ, ਇੱਕ ਔਰਤ ਦਾ ਸਿਦਕ ਐਡਾ ਵੱਡਾ ਹੋ ਸਕਦਾ ਕਿ ਆਪਣੇ ਪਿਤਾ ਦੀ ਗੱਲ ਮੰਨ ਕੇ ਰੱਬ 'ਤੇ ਭਰੋਸਾ ਰੱਖ ਕੇ ਉਹਨੇ ਜੋ ਕੀਤਾ, ਮੇਰੇ ਖਿਆਲ ਇਸ ਤੋਂ ਵੱਡਾ ਐਗਜ਼ਾਮਪਲ ਸ਼ਾਇਦ ਦੁਨੀਆਂ ਦੇ ਵਿੱਚ ਹੋ ਨਹੀਂ ਸਕਦਾ। ਰੂਪੀ ਕੌਰ, ਜਿਵੇਂ ਤੁਹਾਡੇ ਮੈਂ ਇੱਕ ਦੋ ਇੰਟਰਵਿਊ ਦੇਖੀਆਂ, ਹੈ ਨਾ ਜੀ ਸਰ, ਤੁਸੀਂ ਬੋਰਨ ਕੈਨੇਡਾ 'ਚ ਹੋਏ ਸੀ, ਹਾਂਜੀ, ਪਰ ਫਿਰ ਤੁਹਾਨੂੰ ਪਿੱਛੇ ਇੰਡੀਆ ਜਾ ਕੇ ਰਹਿਣ ਦਾ ਥੋੜ੍ਹਾ ਸਮਾਂ ਮਿਲਿਆ, ਹਾਂਜੀ, ਹੈ ਨਾ, ਉੱਥੇ ਪੜ੍ਹਾਈ ਵੀ ਉੱਥੇ ਕੀਤੀ ਕਿ ਪਹਿਲਾਂ ਪਹਿਲਾਂ ਹੀ? ਮੈਂ ਮਤਲਬ 2 ਮਹੀਨੇ ਮੈਨੂੰ ਲੱਗਦਾ, ਵੈਸੇ ਜਿੱਦਾਂ ਘਰ ਦੇ ਭੇਜ ਦਿੰਦੇ ਆ ਸਕੂਲ ਜਾਂਦੇ ਚਾਹ ਚੂ ਨਾਲ, ਹਾਂਜੀ ਹਾਂਜੀ ਹਾਂਜੀ, ਟਿਫਨ ਦੇ ਕੇ ਭੇਜ ਦਿੰਦੇ ਹੁੰਦੇ ਆ, ਖਾ ਖੂ ਕੇ ਆ ਜਾਂਦੀ, ਪੜ੍ਹਾਈ ਤਾਂ ਮੈਂ ਨਹੀਂ ਕੀਤੀ ਹੈਗੀ, ਪੜ੍ਹਾਈ ਫਿਰ ਇੱਥੇ ਆ ਕੇ ਸ਼ੁਰੂ ਕੀਤੀ, ਹਾਂਜੀ ਹਾਂਜੀ ਹਾਂਜੀ, ਵਾਪਸ, ਹੈ ਨਾ, ਹਾਂਜੀ। ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ, ਮੇਰੇ ਬੱਚਿਆਂ ਨਾਲ ਕਾਫੀ ਕੁਛ ਸਿਮਿਲਰ ਚੀਜ਼ਾਂ ਨੇ ਜੀ, ਸਾਡੇ ਬੱਚੇ ਵੀ 2 ਸਾਲ ਦਿਆਂ ਨੂੰ ਮੈਂ ਇੰਡੀਆ ਛੱਡਿਆ ਆ, ਅਤੇ 5 ਸਾਲ ਦੇ ਹੋ ਕੇ ਆਏ ਜੀ, ਹੈ ਨਾ। ਸੋ ਉਹਦਾ ਮਾਂ ਪਿਓ ਮਿਸ ਵੀ ਕਰਦੇ ਆ, ਬੱਚਾ ਵੀ ਮਿਸ ਕਰਦਾ, ਉਹ ਮਾਂ ਪਿਓ ਤੋਂ ਥੋੜ੍ਹਾ ਦੂਰ ਵੀ ਹੋ ਜਾਂਦਾ, ਹੈ ਨਾ ਜੀ, ਕਈ ਵਾਰੀ ਉਹ ਕੰਫਰਟੇਬਲ ਨਹੀਂ ਰਹਿੰਦਾ ਕੋਈ ਗੱਲ ਦੱਸਣ ਲਈ, ਹਾਂਜੀ, ਫਿਰ ਦਾਦਾ ਦਾਦੀ ਨੂੰ ਭਾਲਦਾ ਫਿਰਦਾ ਹੁੰਦਾ ਵੀ ਮੈਂ ਉਹਨਾਂ ਨੂੰ ਦੱਸਾਂ, ਉਹ ਫਿਰ ਦੱਸਣਗੇ ਜੀ। ਪਰ ਜਿਹੜਾ ਇਹ ਤੁਹਾਡਾ ਸੁਭਾਗ ਬਣਿਆ ਬੀਬੀ ਰਜਨੀ ਬਾਰੇ ਫਿਲਮ ਦੇ ਵਿੱਚ, ਤੁਸੀਂ ਪਹਿਲਾਂ ਵੀ ਕਿਰਦਾਰ ਕੀਤੇ ਆ ਫਿਲਮਾਂ ਦੇ ਵਿੱਚ, ਹਾਂਜੀ, ਇਹ ਕਿਵੇਂ ਵੱਖਰਾ ਉਹਨਾਂ ਨਾਲੋਂ? ਜੀ, ਮੈਨੂੰ ਲੱਗਦਾ ਇਹ 'ਚ ਜ਼ਮੀਨ ਆਸਮਾਨ ਦਾ ਫਰਕ ਆ ਇਸ ਕਰੈਕਟਰ ਦੇ ਵਿੱਚ, ਕਰੈਕਟਰ ਵੀ ਨਹੀਂ ਮਤਲਬ ਬੀਬੀ ਰਜਨੀ ਜੀ ਦਾ ਜੋ ਰੋਲ ਨਿਭਾਉਣਾ, ਮਤਲਬ ਬਹੁਤ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ ਜੀ ਮੇਰੇ ਲਈ, ਸਾਡੀ ਸਾਰੀ ਟੀਮ ਲਈ, ਮੇਰੇ ਮੰਮੀ ਡੈਡੀ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ। ਅਤੇ ਬਾਕੀ ਰੋਲ ਤਾਂ ਚਲੋ ਨੱਚਣਾ ਟੱਪਣਾ ਡਾਇਲੋਗ ਉੱਚੀ ਉੱਚੀ ਬੋਲਣੇ ਪ੍ਰਧਾਨ ਕਹਿਣਾ ਥੋੜ੍ਹਾ ਜਿਹਾ ਅਲੱਗ ਆ, ਉਹ ਮੈਂ ਕਹਿੰਦੀ ਨਹੀਂ ਸੌਖਾ, ਬਟ
ਇਹਦੇ ਨਾਲੋਂ ਤਾਂ ਸੌਖਾ ਸੀਗਾ ਜੀ। ਇਸ ਫਿਲਮ ਕੀ ਆ ਜਿਹੜੀ ਕੁੜੀ ਨੇ ਰਾਮਾਇਣ ਦੇ ਵਿੱਚ ਸੀਤਾ ਦਾ ਰੋਲ ਕਰਿਆ, ਸਰ ਨੇ ਵੀ ਐਕਚੁਅਲੀ ਗੱਲ ਕੀ ਮਿਲਾ ਦਿੱਤੀ, ਉਹ ਮੁੜ ਕੇ ਕਿਸੇ ਫਿਲਮ 'ਚ ਲੋਕੀ ਨੂੰ ਸੀਤਾ ਵਾਂਗੂ ਦੇਖਣ ਲੱਗ ਜਾਂਦੇ ਤੇ ਨਹੀਂ, ਬਹੁਤ ਵਧੀਆ ਗੱਲ ਹੈ ਜੀ। ਮਹਾਭਾਰਤ ਦੇ ਵੀ ਜਿਹੜੇ ਮੇਨ ਕਰੈਕਟਰ ਸੀਗੇ ਉਹ ਜਦੋਂ ਕਿਸੇ ਹੋਰ ਕਰੈਕਟਰ 'ਚ ਆਉਂਦੇ ਆ, ਭੀਸ਼ਮ ਪਿਤਾਮਾ ਜੇ ਥਾਣੇਦਾਰ ਬਣ ਕੇ ਆਉਂਦਾ ਹਨਾ, ਲੋਕ ਨਹੀਂ ਨਹੀਂ ਤੂੰ ਭੀਸ਼ਮ ਪਿਤਾਮਾ ਹੀ ਸੁਣਾ ਲੱਗਾ ਹਨਾ ਜੀ। ਸੋ ਸੋਰੀ ਮੈਂ ਕੱਟ ਕੀਤਾ ਤੁਹਾਨੂੰ, ਪਰ ਮੈਨੂੰ ਲੱਗਦਾ ਬੀਬੀ ਰਜਨੀ ਜੀ ਨਾ ਮੈਂ ਬਣ ਸਕਦੀ ਹਾਂ ਕਦੇ, ਨਾ ਮੈਂ ਮਤਲਬ ਉਹਨਾਂ ਦੇ ਜਿੱਦਾਂ ਸਰ ਨੇ ਕਿਹਾ ਪੈਰ ਦੀ ਮਿੱਟੀ ਵਰਗੀ ਵੀ ਨਹੀਂ ਮੈਂ ਉਹਨਾਂ ਦੀ ਤਾਂ। ਤੇ ਪਰ ਜੇ ਅਸੀਂ ਜਿੱਦਾਂ ਯੋਗਰਾਜ ਸਰ ਨੇ ਦੂਣੀ ਚੰਦ ਜੀ ਦਾ ਕੈਰੈਕਟਰ ਕੀਤਾ, ਤੇ ਮਤਲਬ ਜੇ ਅਸੀਂ ਉਹ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ ਸਿਨੇਮਾ 'ਤੇ, ਤੇ ਜਵਾਕ ਦੇਖ ਕੇ ਮਤਲਬ ਸਟੋਰੀ ਕਹਾਣੀ ਤੋਂ ਇਨਫਲੂਐਂਸ ਹੋਣਗੇ ਤਾਂ ਸਾਡੇ ਲਈ ਉਹੀ ਸਕਸੈਸ ਹੈ। ਮੈਂ ਦਰਸ਼ਕਾਂ ਨੂੰ ਵੀ ਇਹ ਬੇਨਤੀ ਆ, ਇਹ ਬਹੁਤ ਵੱਡੀ ਡਿਬੇਟ ਆ ਕਿ ਧਾਰਮਿਕ ਮਸਲਿਆਂ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ ਜਾਂ ਨਹੀਂ, ਪਰ ਗੱਲ ਕੀ ਹੈਗੀ ਆ ਵੀ ਸਾਡਾ ਮੇਨ ਮਕਸਦ ਆ ਕਿ ਗੁਰੂਆਂ ਦੇ ਮੈਸੇਜ ਨੂੰ ਅੱਗੇ ਪਹੁੰਚਾਉਣਾ। ਅੱਗੇ ਪਹੁੰਚਾਉਣ ਦੇ ਲਈ ਹੁਣ ਸਾਧਨ ਹੋ ਗਿਆ ਸਿਨੇਮੇ ਦਾ, ਜੇ ਅਸੀਂ ਉਹ ਤੋਂ ਦੂਰ ਰਹਿ ਗਏ ਹੋ ਸਕਦਾ ਸਾਡੇ ਬੱਚਿਆਂ ਨੂੰ ਉਹ ਗੱਲਾਂ ਨਾ ਪਤਾ ਲੱਗਣ। ਅਸੀਂ ਡੇਲੀ ਦੇਖਦੇ ਹਾਂ ਬੱਚੇ ਕਾਰਟੂਨਾਂ ਤੋਂ ਸਿੱਖ ਰਹੇ ਆ, ਘਰਾਂ ਦੇ ਵਿੱਚ ਟੀਵੀ ਤੋਂ ਬਹੁਤ ਕੁਛ ਸਿੱਖ ਰਹੇ ਆ। ਜਿਹੜੀ ਬੀਬੀ ਰਜਨੀ ਜੀ ਦੀ ਗੱਲ ਹੈ ਜੀ, ਜਦੋਂ ਇਹ ਸਟੋਰੀ ਮੈਂ ਵੀ ਇਤਿਹਾਸ 'ਚੋਂ ਪੜ੍ਹੀ ਆ, ਬਹੁਤ ਸ਼ਾਹੀ ਫਕੀਰਨੀ ਹਮੇਸ਼ਾ ਮੇਰੇ ਜੇਨ 'ਚ ਇੱਕ ਗੱਲ ਆਉਂਦੀ ਹੁੰਦੀ ਆ ਕਿ ਇੱਕ ਸ਼ਾਹੂਕਾਰ ਦੀ ਰਾਜੇ ਦੀ ਧੀ ਹੋ ਕੇ ਉਹਨੇ ਕੀ ਐਕਸੈਪਟ ਕਰ ਲਿਆ, ਰੱਬ ਦੇ ਵਿੱਚ ਕਿੱਡਾ ਭਰੋਸਾ ਸੀ। ਕਿਉਂਕਿ ਇਹ ਸਟੋਰੀ ਸਾਨੂੰ, ਸਾਡੀ ਸਮੱਸਿਆ ਇੱਕ ਬਹੁਤ ਵੱਡੀ, ਅਸੀਂ ਜਿੰਨਾ ਕੁ ਢਾਡੀਆਂ ਕੁਇਸ਼ਨਾਂ ਤੋਂ ਸੁਣਿਆ ਉਨਾ ਕੁ ਸਾਨੂੰ ਆਉਂਦਾ, ਸਾਨੂੰ ਪੂਰੀ ਕਹਾਣੀ ਨਹੀਂ ਆਉਂਦੀ ਹੁੰਦੀ। ਸਾਨੂੰ ਸਿਰਫ ਇਹੀ ਪਤਾ ਵੀ ਉੱਥੇ ਗਈ, ਉੱਥੇ ਉਹਨੇ ਆਪਣੇ ਪਤੀ ਨੂੰ ਬਿਠਾ ਦਿੱਤਾ ਅਤੇ ਆਪ ਕੁਛ ਖਾਣਾ ਲੈਣ ਚਲੀ ਗਈ, ਆਉਂਦੇ ਤਾਂ ਉਹਨੇ ਕਾਂ ਦੇਖਿਆ ਚਿੱਟਾ ਹੋ ਕੇ ਨਿਕਲਿਆ। ਇੰਨੀ ਕੁ ਕਹਾਣੀ ਸਾਨੂੰ ਟੁੱਟਵੀਂ ਜੀ ਪਤਾ ਹੁੰਦੀ ਜੀ, ਪਰ ਪਿੱਛੇ ਕਹਾਣੀ ਦੇ ਕੀ ਸੀ, ਇਹ ਹਾਲਾਤ ਕਿਉਂ ਬਣੇ ਜੀ, ਉਹਨੂੰ ਕਿਹੜੀ ਚੀਜ਼ ਨੇ ਇੰਸਪਾਇਰ ਕੀਤਾ ਇਸ ਗੱਲ ਨੂੰ ਜੀ, ਅਤੇ ਉਹ ਕਿੱਡੀ ਵੱਡੀ ਦੇਣ ਆ ਬੀਬੀ ਰਜਨੀ ਦੀ। ਅੱਜ ਤੱਕ ਦੁੱਖ ਭੰਜਨੀ ਬੇਰੀ ਕੋਲ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ ਅਤੇ ਸ਼ਰਧਾਵਾਨ ਦੀ ਸ਼ਰਧਾ ਵੀ ਪੂਰੀ ਹੁੰਦੀ ਆ 100%, ਮੈਨੂੰ ਕੋਈ ਸ਼ੱਕ ਨਹੀਂ। ਸਾਡੇ ਪਰਿਵਾਰ 'ਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਵੀ ਇੱਕ ਡੁਬਕੀ ਲਾਉਣ ਨਾਲ 10 ਸਾਲਾਂ ਦਾ ਮੈਂਟਲੀ ਅਪਸੈਟ ਬੰਦਾ ਜੀ ਵਿੱਚੋਂ ਨਿਕਲਿਆ। ਉਹ ਕਹਿੰਦਾ ਉਹ ਆਹ ਕੱਪੜੇ ਪਾ ਕੇ ਮੈਨੂੰ ਲੈ ਕੇ ਆਏ ਸੀ ਦਰਬਾਰ ਸਾਹਿਬ ਜੀ, ਮਤਲਬ ਇਹ ਸਾਡੇ ਘਰ ਦੀ ਕਹਾਣੀ, ਮੈਨੂੰ ਇਸ ਕਦਰ ਵਿਸ਼ਵਾਸ ਆ ਉਸ ਥਾਂ 'ਤੇ। ਸੋ ਬੀਬੀ ਰਜਨੀ ਨੇ ਉਹ ਥਾਂ ਪ੍ਰਗਟ ਕਰਨ ਦੇ ਵਿੱਚ ਹਨਾ ਸਾਡਾ ਸਾਰਿਆਂ ਦਾ ਦੁੱਖ ਦੂਰ ਕਰਨ ਦੇ ਲਈ ਆਪ ਏਡੇ ਦੁੱਖ 'ਚ ਪਏ ਜੀ, ਉਹਦੇ ਨਾਲ ਅੱਜ ਤੱਕ ਫਿਰ ਗੁਰੂ ਸਾਹਿਬ ਕੋਲ ਜਾ ਕੇ ਬੇਨਤੀ ਕਰਦੇ ਆ। ਲੰਮਾ ਇਤਿਹਾਸ ਆਪਾਂ ਉੱਧਰ ਨਹੀਂ ਜਾਂਦੇ ਜੀ, ਪਰ ਹੁਣ ਜਿਹੜਾ ਚੱਕਰ ਹੈਗਾ ਵੀ ਮੈਂ ਇੱਕ ਵਾਰੀ ਨਾ ਇੱਕ ਟੀਵੀ 'ਤੇ ਪ੍ਰੋਗਰਾਮ ਕਰਦੇ ਸੀ 550 ਸਾਲੇ 'ਤੇ, ਅਸੀਂ ਸੋਚਿਆ ਕਿ ਆਪਾਂ ਵੀ ਕੁਛ ਕਰੀਏ ਜੀ, ਤਾਂ ਅਸੀਂ ਜਪਜੀ ਸਾਹਿਬ 'ਤੇ ਸੋਚਿਆ ਵੀ ਆਪਾਂ 40 ਪੌੜੀਆਂ ਜਪਜੀ ਸਾਹਿਬ ਦੀਆਂ 40 ਐਪੀਸੋਡ ਬਣਾਉਂਦੇ ਹਾਂ, ਸਿੰਪਲ ਭਾਸ਼ਾ ਦੇ ਵਿੱਚ ਗੱਲਬਾਤ ਹੋਊਗੀ ਵੀ ਲੋਕਾਂ ਨੂੰ ਚੰਗੀ ਲੱਗੂ। ਜਦੋਂ ਮੈਂ ਸ਼ੁਰੂ ਕਰਨਾ ਸੀ ਤਾਂ ਮੇਰੇ ਨਾਲ ਬੈਠਣ ਨੂੰ ਕੋਈ ਕੁੜੀ ਤਿਆਰ ਨਹੀਂ ਸੀ, ਮਤਲਬ 2 ਬੰਦਿਆਂ ਨੂੰ ਬੈਠਣਾ ਪੈਣਾ ਨਾ ਗੱਲਬਾਤ ਕਰਨ ਲਈ ਹਨਾ। ਉਹ ਜਿੰਨੀਆਂ ਹੋਸਟ ਕੁੜੀਆਂ ਸੀ ਮੈਂ ਉਹਨਾਂ ਸਾਰੀਆਂ ਨੂੰ ਕਿਹਾ ਕੁਝ ਨਹੀਂ ਨਹੀਂ ਫਿਰ ਮੇਰਾ ਇਮੇਜ ਬਣ ਜਾਊਗਾ ਧਾਰਮਿਕ ਗੱਲਾਂ ਦਾ ਹਨਾ, ਬਈ ਮੈਂ ਕੰਫਰਟੇਬਲ ਹਨਾ। ਬੜਾ ਮੈਨੂੰ ਬੜੀ ਸਮੱਸਿਆ ਹੋਈ ਵੀ ਨਾਲ ਤਾਂ ਇੱਕ ਬੰਦਾ ਚਾਹੀਦਾ ਜਿਹੜਾ ਬੰਦਾ ਗੱਲ ਸ਼ੁਰੂ ਕਰੂਗਾ। ਚਲੋ ਸਾਡੇ ਆਫਿਸ 'ਚ ਕੁੜੀ ਕੰਮ ਕਰਦੀ ਸੀ ਗੁਰਪ੍ਰੀਤ ਕੌਰ, ਮੈਂ ਹਮੇਸ਼ਾ ਉਹਦਾ ਨਾਂ ਲੈਂਦਾ, ਮੇਰੀ ਛੋਟੀ ਭੈਣ ਆ। ਮੈਂ ਉਹਨੂੰ ਕਿਹਾ ਗੁਰਪ੍ਰੀਤ ਕੌਰ ਪੜ੍ਹਦੀ ਬਹੁਤ ਸੀ ਕਿਤਾਬਾਂ ਪੜ੍ਹਦੀ, ਮੈਂ ਕਿਹਾ ਵੀ ਆਪਾਂ ਇੱਦਾਂ ਸੋਚਦੇ ਹਾਂ
ਉਹ ਕਹਿੰਦੀ ਭਾਅ ਜੀ ਮੈਂ ਠੀਕ ਹਾਂ, ਮੈਂ ਬੈਠੂੰਗੀ ਤੁਹਾਡੇ ਨਾਲ, ਆਪਾਂ ਕਰਾਂਗੇ, ਹੈ ਨਾ। ਉਹਨੇ ਇੱਕ ਇੱਕ ਪੌੜੀ ਤਿਆਰ ਕਰਕੇ ਆਉਣੀ, ਹੈ ਨਾ, ਉਹਦੇ 'ਤੇ ਸਵਾਲ ਪੁੱਛਣੇ। ਅਤੇ ਹੁਣ ਓਬੀਅਸਲੀ ਜੇ ਤੁਸੀਂ ਹੁਣ ਧਰਮ ਦੀ ਗੱਲ ਕਰਦੇ ਹੋ, ਤੁਹਾਡਾ ਲਿਬਾਸ ਵੀ ਉਹੋ ਜਿਹਾ ਹੋਊਗਾ, ਤੁਹਾਡਾ ਲਹਿਜਾ ਵੀ ਉਹੋ ਜਿਹਾ ਹੋਊਗਾ, ਤੁਹਾਡੀ ਗੱਲਬਾਤ 'ਚੋਂ ਵੀ ਝਲਕਣਾ ਚਾਹੀਦਾ ਕਿ ਤੁਸੀਂ ਧਾਰਮਿਕ ਬੰਦੇ ਹੋ। ਜੇ ਤੁਸੀਂ ਲੱਗੇ ਹੀ ਨਹੀਂ ਰਹੇ ਧਾਰਮਿਕ, ਹੈ ਨਾ, ਧਾਰਮਿਕ ਗੱਲਾਂ ਕਰੋਗੇ, ਫਿਰ ਤਾਂ ਉਹ ਬਿਲਕੁਲ ਹੀ ਫੇਕ ਹੋਜੂ। ਪਰ ਅਸੀਂ ਇਹ ਮਹਿਸੂਸ ਕੀਤਾ, ਸਾਡੇ ਉਹ 52 ਐਪੀਸੋਡ ਬਣ ਗਏ ਸੀਗੇ ਜਵੀ ਸਾਹਿਬ ਦੇ, ਅਤੇ 52 ਤੋਂ ਬਾਅਦ ਅੱਜ ਵੀ ਮਤਲਬ ਸਾਨੂੰ ਫੀਲ ਹੁੰਦਾ, ਜੇ ਮੈਂ ਅੱਜ ਉਹ ਐਪੀਸੋਡ ਲਾ ਕੇ ਦੇਖਦਾ, ਮੈਨੂੰ ਲੱਗਦਾ ਮੈਂ ਨਹੀਂ ਬੋਲ ਰਿਹਾ ਯਾਰ, ਇਹ ਗੱਲਾਂ ਮੈਨੂੰ ਤਾਂ ਨਹੀਂ ਆਉਂਦੀਆਂ ਜਿਹੜੀਆਂ ਗੱਲਾਂ ਭਾਈ ਕਰ ਰਿਹਾ ਹੈ। ਅੱਛਾ ਜੀ। ਮਤਲਬ ਉਹ ਇੰਨਾ ਵਧੀਆ ਬਣਿਆ। ਉਹ ਕੁੜੀ ਮੈਨੂੰ ਕਈ ਵਾਰ ਫੋਨ ਕਰੇ, ਭਾਅ ਜੀ ਮੈਂ ਅੱਜ ਦੁਬਾਰਾ ਐਪੀਸੋਡ ਦੇਖਿਆ, ਮੈਨੂੰ ਤਾਂ ਲੱਗਦਾ ਮੈਂ ਹੈ ਹੀ ਨਹੀਂ ਇਹ। ਤੁਸੀਂ, ਤੁਹਾਡੇ 'ਤੇ ਇੱਕ ਵੱਡੀ ਜ਼ਿੰਮੇਵਾਰੀ ਮਿਲੀ, ਹੈ ਨਾ, ਬੀਬੀ ਰਜਨੀ ਦਾ ਰੋਲ ਕਰਨ ਲਈ, ਉਹਦਾ ਤੁਹਾਡੀ ਲਾਈਫ 'ਤੇ ਅਸਰ ਜ਼ਰੂਰ ਪਊਗਾ, ਹਮੇਸ਼ਾ ਤੁਹਾਡੇ ਨਾਲ ਰਹਿਣਾ ਬੀਬੀ ਰਜਨੀ ਨੇ। ਹੁਣ ਜਦੋਂ ਇਹ ਫਿਲਮ ਆ ਗਈ, ਲੋਕਾਂ ਦੇ ਵਿੱਚ ਪਹੁੰਚ ਗਈ, ਤੁਹਾਡੇ ਜੀਵਨ ਦੇ ਵਿੱਚ ਇੱਕ ਝਲਕ ਰਹਿਣੀ ਹੈ ਹਮੇਸ਼ਾ, ਰਹਿੰਦੀ ਜ਼ਿੰਦਗੀ ਤੱਕ, ਹੈ ਨਾ। ਉਹਦੇ ਕਰਕੇ ਤੁਹਾਡੀ ਜ਼ਿੰਮੇਵਾਰੀਆਂ ਵੀ ਸ਼ਾਇਦ ਬਣਨਗੀਆਂ ਥੋੜ੍ਹੀਆਂ ਜਿਹੀਆਂ, ਮੇ ਬੀ ਕਈ ਥਾਵਾਂ 'ਤੇ ਤੁਸੀਂ ਕੋਈ ਕਈ ਗੱਲਾਂ ਜਿਹੜੀਆਂ ਤੁਸੀਂ ਐਜ ਏ ਐਕਟਰ ਪਹਿਲਾਂ ਕਰ ਲੈਂਦੇ ਸੀ ਸ਼ਾਇਦ ਨਾ ਕਰ ਸਕੋ, ਹੈ ਨਾ, ਤੁਹਾਨੂੰ ਵੀ ਲੱਗੇ, ਪਰ ਉਹ ਗੱਲਾਂ ਮੈਂ 100% ਵਿਸ਼ਵਾਸ ਨਾਲ ਕਹਿੰਦਾ ਤੁਹਾਡੇ ਮਾਂ ਪਿਓ ਨੂੰ, ਤੁਹਾਡੇ ਵੱਡਿਆਂ ਨੂੰ ਚੰਗੀਆਂ ਲੱਗਣਗੀਆਂ, ਉਹਨਾਂ ਨੂੰ ਵਧੀਆ ਲੱਗੂਗੀ ਕੁੜੀ ਨੇ ਆਹ ਫਿਲਮ ਕੀਤੀ, ਤਾਂ ਇਹ ਸਹੀ ਗੱਲ 'ਤੇ ਆ ਗਈ ਹੈਗੀ, ਹੈ ਨਾ, ਜਿਹੜੀ ਸਾਨੂੰ ਚਾਹੀਦੀ ਸੀਗੀ। ਮੈਨੂੰ ਯਾਦ ਆ ਜਦੋਂ ਆਪਾਂ ਅੰਗਰੇਜ਼ ਫਿਲਮ ਬਣਾਈ ਜੀ, ਹਾਂਜੀ ਹਾਂਜੀ, ਸਾਡਾ ਸਿੱਖੀ ਪਰਿਵਾਰ ਸੀਗਾ ਪਿੱਛੋਂ, ਮੇਰੇ ਘਰ 'ਤੇ ਤਾਂ ਸਾਰੇ ਕਹਿਣ ਤੂੰ ਕਿਹੜੇ ਕੰਮ 'ਚ ਪੈ ਗਿਆ, ਤੂੰ ਦੇਖ ਤੂੰ ਗੁਰਸਿੱਖ ਬੰਦਾ, ਹੈ ਨਾ, ਫਿਲਮਾਂ ਫੁਲਮਾਂ, ਇਹਦਾ ਐਂ ਹੁੰਦਾ ਆ ਹੁੰਦਾ। ਮੈਂ ਕਿਹਾ ਤੁਸੀਂ ਰੁਕੋ, ਮੈਨੂੰ ਟਾਈਮ ਦਿਓ, ਮੈਂ ਜੋ ਕਰਦਾ ਮੈਨੂੰ ਕਰ ਲੈਣ ਦਿਓ। ਅਤੇ ਫਿਰ ਜੋ ਅਰਦਾਸ ਪਹਿਲੀ ਬਣੀ ਤਾਂ ਮੈਂ ਸਾਰਿਆਂ ਨੂੰ ਲੈ ਕੇ ਗਿਆ ਸਿਰ ਮਹਾਲ, ਮੈਂ ਕਿਹਾ ਵੀ ਹੁਣ ਦੱਸੋ ਮੇਰਾ ਕੰਮ ਕਿਵੇਂ ਲੱਗਦਾ ਤੁਹਾਨੂੰ। ਤੇ ਇਸ ਕੰਮ ਲਈ ਕੰਮ ਕਰਦੇ ਸੀ ਜੀ, ਵੀ ਸਾਡਾ ਇੱਕ ਮੋਟਿਵ ਸੀਗਾ ਵੀ ਇੱਦਾਂ ਦਾ ਸਿਨੇਮਾ ਵੀ ਹੋ ਸਕਦਾ। ਹਾਂਜੀ। ਜੇ ਅੱਜ ਬੀਬੀ ਰਜਨੀ 'ਤੇ ਫਿਲਮ ਬਣੀ ਆ ਤਾਂ ਸਾਡੀਆਂ ਸਿੱਖ ਬੀਬੀਆਂ ਦੇ ਬਹੁਤ ਕਰੈਕਟਰ ਨੇ ਜੀ। ਮੈਂ ਇਤਿਹਾਸ ਦਾ ਸਟੂਡੈਂਟ ਹਾਂ, ਪੜ੍ਹਦਾ ਰਹਿਣਾ, ਬੀਬੀ ਸਤਵੰਤ ਕੌਰ, ਗੁਰਸ਼ਰਨ ਕੌਰ, ਬਹੁਤ ਇਹੋ ਜਿਹੇ ਕਰੈਕਟਰ ਨੇ ਸਾਡੇ ਧਰਮ ਦੇ ਵਿੱਚ ਜਿਹਨਾਂ ਨੂੰ ਹਾਈਲਾਈਟ ਨਹੀਂ ਕੀਤਾ ਗਿਆ, ਹੈ ਨਾ, ਸਿਰਫ ਇਸ ਕਰਕੇ ਵੀ ਕੌਣ ਨਿਭਾਊਗਾ, ਕੱਲ ਨੂੰ ਕੁਐਸਚਨ ਹੋਣਗੇ, ਹੈ ਨਾ। ਅਤੇ ਮੈਨੂੰ ਤੁਹਾਡੇ ਜਿਹੜੇ ਹੈਗੇ ਪ੍ਰੋਡਿਊਸਰ ਜੀ, ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ, ਮੈਨੂੰ ਜੀ ਨੇ ਇੱਕ ਦਿਨ ਕਰਵਾਈ, ਕਹਿੰਦੇ ਅਸੀਂ ਇੱਕ ਫਿਲਮ ਲੈ ਕੇ ਆ ਰਹੇ ਹਾਂ। ਮੈਂ ਉਹਨਾਂ ਕਿਹਾ ਯਾਰ ਬਚ ਕੇ, ਪਹਿਲਾਂ ਤਾਂ ਧਾਰਮਿਕ ਵਿਸ਼ਿਆਂ 'ਤੇ ਗੱਲ ਕਰਨੀ ਔਖੀ ਹੁੰਦੀ ਆ ਜੀ, ਕਿਉਂਕਿ ਇਹਦੇ 'ਚ ਕੰਟਰੋਵਰਸੀ ਹੋ ਜਾਂਦੀ ਆ, ਕਈ ਵਾਰੀ ਲੋਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਵੱਡੀ ਬਣਾ ਲੈਂਦੇ ਆ। ਪਰ ਇੱਥੇ ਗੱਲ ਇਹ ਆ ਵੀ ਨਾ ਤਾਂ ਯੋਗਰਾਜ ਜੀ ਦੁਨੀ ਚੰਦ ਨੇ, ਨਾ ਰੂਪੀ ਕੌਰ ਰਜਨੀ ਆ ਜੀ, ਇਹਨਾਂ ਨੇ ਇੱਕ ਐਕਟ ਕੀਤਾ ਤੁਹਾਨੂੰ ਦੱਸਣ ਲਈ ਕਿ ਉਹ ਕਹਾਣੀ ਕੀ ਸੀਗੀ। ਜਦੋਂ ਕਹਾਣੀ ਸਾਰੇ ਸਮਝਾਂਗੇ ਕਿ ਦੁਨੀ ਚੰਦ ਦੇ ਵਿੱਚ ਕੀ ਸਮੱਸਿਆ ਸੀ, ਵੀ ਉਹਨੇ ਇਹ ਸੋਚ ਲਿਆ ਵੀ ਆਪਦੀ ਕੁੜੀ ਨੂੰ ਇੱਕ ਕੋੜੀ ਨਾਲ ਵਿਆਹ ਦੇਣਾ ਜੀ, ਕੀ ਗੱਲ ਸੀ, ਕੋਈ ਪਿਓ ਵੀ ਬੀਂਗ ਏ ਫਾਦਰ, ਮੈਂ ਆਪਦੀ ਬੱਚੀ ਵਿਆਹੀ ਆ, ਬੰਦਾ ਦੁਨੀਆਂ ਦਾ ਬੈਸਟ ਲੱਭਦਾ ਵੀ ਇਸ ਦੁਨੀਆਂ 'ਚ ਸਭ ਤੋਂ ਵਧੀਆ ਮੁੰਡਾ ਹੋਵੇ, ਉਹਦੇ ਨਾਲ ਮੈਂ ਆਪਦੀ ਧੀ ਦਾ ਰਿਸ਼ਤਾ ਕਰਾਂ। ਅਤੇ ਇੱਕ ਸ਼ਾਹੂਕਾਰ ਰਾਜਾ ਹੋਣ ਦੇ ਬਾਵਜੂਦ ਵੀ ਇੱਕ ਪਿੰਗਲੇ ਨਾਲ ਕੁੜੀ ਨੂੰ ਵਿਆਹੁੰਦਾ। ਹਾਂਜੀ, ਮੈਂ ਤੁਹਾਨੂੰ ਇਸ ਵਿਸ਼ੇ 'ਤੇ ਨਾ ਥੋੜ੍ਹਾ ਡਿਟੇਲ ਗੱਲ ਕਰਨਾ ਚਾਹੁੰਦਾ। ਮੈਂ ਦੁਨੀ ਚੰਦ ਨੂੰ ਬਹੁਤ ਪੜ੍ਹਿਆ, ਅੱਛਾ, ਤਕਰੀਬਨ ਉਹਦਾ ਸਾਰਾ ਸੁਭਾਅ ਪੜ੍ਹਿਆ ਜੀ। ਉਸ ਬੰਦੇ ਦੇ ਘਰ 'ਚ 6 ਕੁੜੀਆਂ ਹੋਈਆਂ, ਉਹਨੇ ਕਦੇ ਰੱਬ ਨਾਲ ਕੋਈ ਗਲਾ ਨਹੀਂ, ਕਦੇ ਮੁੰਡੇ ਦੀ ਮੰਗ ਨਹੀਂ, ਕੁਛ ਨਹੀਂ। ਔਰ ਉਹ ਮੰਦਰ ਬਣਾਉਂਦਾ, ਮਸਜਿਦ ਬਣਾਉਂਦਾ,
ਧਰਮ ਦੇ ਨਾਂ ਤੇ ਬਹੁਤ ਪਵਿੱਤਰ ਆਦਮੀ ਤੇ ਉਹਦੀ ਬੜੀ ਜੈ ਜੈਕਾਰ ਤੇ ਉਹਦੇ ਰਾਜ ਭਾਗ ਦੇ ਵਿੱਚ ਮਤਲਬ ਦਾਣੇ ਵੀ ਮੁਫ਼ਤ ਵੰਡ ਦਿੰਦਾ ਗਰੀਬਾਂ ਦੀ ਬੜੀ ਮਦਦ ਕਰਨ ਵਾਲਾ ਬੰਦਾ ਸੀ। ਹੁਣ ਗੱਲ ਤੁਸੀਂ ਪਹਿਲਾਂ ਸ਼ੁਰੂ ਕੀਤੀ ਸੀ ਜਪਣ ਦੀ, ਹਾਂਜੀ। ਹੁਣ ਕਦੇ ਵੀ ਰਾਜਾ ਕਦੇ ਵੀ ਰਾਜ ਗੱਦੀ ਤੇ ਬੈਠਣ ਵਾਲੇ ਬੰਦੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਤਪੋ ਰਾਜ ਰਾਜੋ ਨਰਕ, ਤਪੋ ਰਾਜ ਰਾਜੋ ਫਕੀਰੀ, ਦਸਵੇਂ ਪਾਤਸ਼ਾਹ ਨੇ ਕੱਢੀ। ਸਹੀ ਹੈ। ਹੁਣ ਜੀ ਬੰਦਾ ਕਦੇ ਮਾੜਾ ਨਹੀਂ ਹੁੰਦਾ, ਜਿਹੜੇ ਆਲੇ ਦੁਆਲੇ ਹੁੰਦੇ ਨਾ ਉਹ ਮਾੜੇ ਹੁੰਦੇ, ਘਰਾਂ ਦੇ ਵਿੱਚ ਵੀ ਰਿਸ਼ਤੇਦਾਰ ਜਿਹੜੇ ਮਾੜੇ ਹੋਣ ਨਾ ਆ ਕੇ ਕੰਨਾਂ 'ਚ ਫੂਕਾ ਮਾਰਨਗੇ, ਤੇਰੀ ਕੁੜੀ ਪਤਾ ਨਹੀਂ ਕਿੱਥੇ ਜਾਂਦੀ ਆ, ਆ ਮੁੰਡਾ ਤੇਰਾ ਜਵਾਨ ਹੋ ਗਿਆ, ਉੱਥੇ ਬੀਬੀ ਨੇ ਐਵੇਂ ਕਹਾਣੀਆਂ ਪਾਉਂਦੇ ਫਿਰਨਗੇ ਘਰ ਨੂੰ ਪੱਟਣ ਵਾਸਤੇ। ਬਿਲਕੁਲ ਸਹੀ। ਇਹੋ ਜਿਹੇ ਰਾਜਿਆਂ ਦੇ ਨਾਲ ਬੰਦੇ ਹੁੰਦੇ ਸੀ। ਹੁਣ ਦੂਣੀ ਚੰਦ ਦੀ ਬਦਕਿਸਮਤੀ ਹੈ ਕਿ ਜਿਸ ਬੰਦੇ ਦੇ ਨਾਲ ਉਹਦੀ ਸਾਂਝ ਹੈ ਉਹ ਬੰਦਾ ਜਿਹੜਾ ਹੈ ਉਹਦਾ ਘਰ ਪੱਟਣਾ ਚਾਹੁੰਦਾ। ਕੀ ਕਹਿੰਦਾ? ਕਹਿੰਦਾ ਮਹਾਰਾਜ ਇਹ ਵਾਰਿਸ ਗੱਦੀ ਦਾ ਹੈ ਨਹੀਂ ਆਪਣੇ। ਦੇਖੋ ਗੱਲ ਦਿਮਾਗ 'ਚ ਆਉਂਦਾ ਪਾਉਂਦਾ ਜਿਹੜੀ ਦਿਮਾਗ 'ਚ ਆਈ ਨਹੀਂ ਗੱਲ ਕਦੇ। ਅਤੇ ਉਹ ਕਹਿੰਦਾ ਉਹਨੇ ਅਲਫਾਜ਼ ਕਹੇ, ਕਹਿੰਦਾ ਵੱਡੀ ਕੁੜੀ ਨੂੰ ਮੈਂ ਤਖ਼ਤ 'ਤੇ ਬਿਠਾ ਦੇਣਾ, ਕਿਹੜੀ ਗੱਲ ਹੈ, ਰਾਣੀਆਂ ਹੋਈਆਂ, ਰਾਜ ਕੀਤੇ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਠੀਕ ਹੈ ਨਾ ਜੀ, ਸੀਗੇ ਸਾਰੇ। ਉਹ ਕਹਿੰਦਾ ਮਹਾਰਾਜ ਤੁਸੀਂ ਕੀ ਗੱਲਾਂ ਕਰਦੇ, ਔਰਤਾਂ ਵੀ ਕਿਤੇ ਰਾਜ ਕਰਦੀਆਂ ਹੁੰਦੀਆਂ ਫਲਾਣਾ। ਉਹ ਕਾਫੀ ਵਿਆਖਿਆ ਹੈ। ਅੱਛਾ। ਹਾਂਜੀ ਹਾਂ, ਵੀ ਤਾਂ ਜਨਨੀ ਏਦਾਂ ਇਹ ਔਰਤਾਂ ਏਦਾਂ ਹੁੰਦੀਆਂ ਫਲਾਣਾ, ਤਾਂ ਘਰ ਪੱਟ ਦਿੰਦੀਆਂ ਧਮਕਾ ਕਰ। ਇਹ ਉਹਦੇ ਦਿਮਾਗ 'ਚੋਂ ਗੱਲ ਪਾਈ ਜਾ ਰਹੀ ਹੈ, ਪਾਈ ਜਾ ਰਹੀ ਹੈ। ਉਹ ਆਦਮੀ ਜਿਹੜਾ ਆਪਣੀ ਰਾਣੀ ਨੂੰ ਬਹੁਤ ਪਿਆਰ ਕਰਦਾ, ਧੀਆਂ ਨਾਲ ਖੇਡਦਾ ਹੈ, ਰੋਜ਼ ਬੈਠ ਕੇ ਖਾਣਾ ਖਵਾਉਂਦਾ ਛੋਟੀ ਨੂੰ ਵੱਡੀ ਨੂੰ, ਕਹਾਣੀਆਂ ਸੁਣਾਉਂਦਾ, ਸਾਰੀਆਂ ਧੀਆਂ ਇਕੱਠੀਆਂ ਸੌਂਦੀਆਂ ਨੇ, ਹੈ ਜੀ, ਕੋਈ ਇੱਧਰ ਪਈਏ ਕੋਈ ਉੱਧਰ ਪਈਏ, ਇਹ ਉਹਦਾ ਕਰੈਕਟਰ ਹੈ। ਉਹ ਬੰਦਾ ਮਾੜਾ ਕਿਵੇਂ ਹੋ ਸਕਦਾ? ਉਹਦੇ ਮਨ 'ਚ ਗੱਲ ਪਾ ਤੀ ਅਤੇ ਉਹ ਕਹਿੰਦਾ ਪ੍ਰਜਾ ਕੀ ਕਹੂਗੀ, ਲੋਕ ਕੀ ਕਹਿਣਗੇ, ਤੇਰਾ ਦਿਮਾਗ ਖਰਾਬ ਹੋ ਗਿਆ, ਖਬਰਦਾਰ ਜੇ ਮੁੜ ਕੇ ਗੱਲ ਕੀਤੀ ਤਾਂ। ਉਹ ਕਹਿੰਦਾ ਮਹਾਰਾਜ ਤੁਸੀਂ ਲੋਕਾਂ ਤੋਂ ਕੀ ਲੈਣਾ, ਰਾਜ ਗੱਦੀ ਹੈ, ਹੁਣ ਪੱਥਰ 'ਤੇ ਪਾਈ ਜਾਓ, ਪਾਣੀ ਪਾਈ ਜਾਓ, ਪਾਈ ਜਾਓ ਤਾਂ ਮੋਰੀ ਹੋ ਹੀ ਜਾਂਦੀ ਬਾਈ ਜੀ। ਕਦੇ ਬੰਦੇ ਮਾੜੇ ਨਹੀਂ ਹੁੰਦੇ, ਉਹਦੇ ਅਹੰਕਾਰ ਮਾੜੇ ਹੁੰਦੇ ਆ। ਹੁਣ ਉਹ ਸੋਚ ਲਿਆ ਵੀ ਚਲੋ ਜੇ ਗੱਲ ਹੈ ਕੋਈ ਗੱਲ ਨਹੀਂ, ਰਾਜੇ ਮਹਾਰਾਜ ਵਿਆਹ 10-20-25 ਕਰਾ ਦੇ। ਉਹਨੇ ਵਿਆਹ ਕਰਾ ਲਿਆ ਜੀ, ਵਿਆਹ ਕਰਾ ਕੇ ਉਹ ਪ੍ਰੈਗਨੈਂਟ ਹੋ ਗਈ। ਹੁਣ ਦੇਖੋ ਗੱਲ ਕਿ ਉਹਦੀ ਰੱਬ ਨਾਲ ਦੋਸਤੀ ਕਿੰਨੀ ਹੈ, ਇਸ ਗੱਲ ਨੂੰ ਜਰਾ ਥੋੜ੍ਹਾ ਜਿਹਾ ਸਮਝਿਓ, ਉਹਦਾ ਕਿੰਨਾ ਵਿਸ਼ਵਾਸ ਹੈ ਕਿ ਮੇਰੇ ਘਰੇ ਰੱਬ ਨੇ ਪੋਤੀ ਦੇਣਾ, ਮੈਂ ਕਰਨਾ ਕੀ ਹੈ, ਹਵਨ ਕਰ, ਗਰੀਬਾਂ ਨੂੰ ਵੰਡ, ਸਾਰਾ ਕੁਛ ਕਰ। ਕਿਤੇ ਕਿਤੇ 9 ਮਹੀਨੇ ਉਹਨੇ ਪੈਰ ਨਹੀਂ ਰੱਖਿਆ ਧਰਤੀ 'ਤੇ, ਇੱਕੋ ਹੀ ਗੱਲ ਕਹੀ, ਹੇ ਮੁਰਾਰੀ ਲਾਲ, ਹੇ ਕ੍ਰਿਸ਼ਨ ਕਨਈਆ, ਹੇ ਰਾਮ ਚੰਦਰ ਜੀ, ਹੇ ਮੈਂ ਦੇਵੀ ਦੇਵਤਿਓ, ਮੇਰੇ ਘਰੇ ਇੱਕ ਵਾਰਸ ਦੇ ਦੇ ਯਾਰ, ਕਿਹੜੀ ਗੱਲ ਹੈ, ਤੂੰ ਜੋ ਕਹੇ ਮੈਂ ਕਰ ਰਿਹਾ, ਜੋ ਕਹੇ। ਔਰ ਉਹਨੇ ਉਹ ਕੁਛ ਕੀਤਾ ਜਿਹੜਾ ਜ਼ਿੰਦਗੀ 'ਚ ਕੋਈ ਬੰਦਾ, ਇਹੋ ਗੱਲ ਆ, ਆਪਾਂ ਗੁਰਦੁਆਰੇ ਮਸਜਿਦ ਮੰਦਰਾਂ 'ਚ ਜਾ ਕੇ ਨਾ ਝੋਲੀ ਅੱਡ ਕੇ ਕਰਦੇ ਹਾਂ, 2-4 ਗੱਡੀਆਂ ਦੇ ਦੇ, ਇੱਕ ਕੋਠੀ ਦੇ ਦੇ, ਚੰਗੀ ਜਨਾਨੀ ਦੇ ਦੇ, ਫਲਾਣਾ ਧੰਨੇ ਜੱਟਰੇ ਵੀ ਮੰਗੇ ਸੀ, ਹੈਂ, ਅਤੇ ਉਹ ਠੀਕ ਹੈ ਜੀ। ਅਤੇ ਉਹ ਹੁਣ ਰੌਲਾ ਇਹ ਵੀ ਉਹਨੂੰ ਪਤਾ ਸੀ ਕਿ ਮੁੰਡਾ ਹੋਊਗਾ, ਨਾ ਗੱਲ ਹੀ ਕੋਈ ਨਹੀਂ, ਕਿਉਂਕਿ ਕੋਨਫੀਡੈਂਸ ਬੜਾ ਰੱਬ 'ਤੇ। ਅਤੇ ਉਹ ਕਰਦੇ 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 ਜਦ ਉਹਨੇ ਪੁੱਛਿਆ ਉਸ ਖੁਸ਼ੀ 'ਚ ਬਈ ਬੇਟਾ ਹੋਇਆ ਨਾ, ਪੁੱਤ ਹੋਇਆ ਨਾ, ਉਹ ਕਹਿੰਦੀ ਨਹੀਂ, ਤੁਸੀਂ ਸੀਨ ਦੇਖਿਓ, ਵਾਹ, ਉਹ ਕਹਿੰਦਾ ਤੂੰ ਝੂਠ ਬੋਲਦੀ ਹੈ, ਤੂੰ ਝੂਠ ਬੋਲਦੀ ਹੈ, 3-4 ਵਾਰੀ ਕਿਹਾ, ਦੱਸ ਮੁੰਡਾ ਹੋਇਆ ਨਾ, ਕਹਿੰਦੀ ਨਹੀਂ। ਫਿਰ ਉਹ ਮਾਲਾ ਜਿਹੜੀ ਤੋੜਦਾ, ਫਿਰ ਉਹ ਕਹਿੰਦਾ ਤੂੰ ਹੈ ਨਹੀਂ, ਰੱਬ ਹੈ ਨਹੀਂ, ਫਲਾਨਾ ਨਹੀਂ, ਉਹ ਤੁਸੀਂ ਸੀਨ ਦੇਖਿਓ ਜੀ, ਉਹ ਬੋਲਦਾ ਕਿਤੇ, ਉਹ ਮੰਦਿਰ ਕਹਿੰਦਾ ਸਾਰੇ ਬੰਦ ਕਰ ਦਿਓ, ਮਸਜਿਦ ਬੰਦ ਕਰਦਾ। ਜਦ ਇਹ ਗੱਲਾਂ ਹੋ ਰਹੀਆਂ ਤੇ ਉਹਨੇ ਕਹਿੰਦਾ ਮੇਰੇ ਰਾਜ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਨੇ ਰੱਬ ਦਾ ਨਾਂ ਨਹੀਂ ਲੈਣਾ। ਲਓ ਜੀ ਗੱਲ ਹੁਣ ਕੁੰਡੀ ਇੱਥੇ ਫਸਦੀ ਆ। ਪ੍ਰੋਬਲਮ ਇਹ ਹੋਈ ਹੈ ਕਿ ਜਿਸ ਧੀ ਨੂੰ ਉਹ ਬਹੁਤ ਪਿਆਰ ਕਰਦਾ ਸੀ,
ਉਹਦਾ ਨਾਮਕਰਨ ਵੀ ਉਹਨੇ ਨਹੀਂ ਕੀਤਾ ਜਦੋਂ ਗੁੱਡੀ ਚ ਉਹਨੂੰ ਲੈ ਕੇ ਆਈ, ਲੇਕਿਨ ਉਹਨੂੰ ਇਹ ਹੋਇਆ ਵੀ ਇਹ ਕੁੜੀ ਰਜਨੀ ਮੇਰੇ ਮੁੰਡੇ ਦੀ ਥਾਂ ਤੇ ਆਈ ਆ, ਰੌਲਾ ਇਹ ਮੇਰਾ ਮੁੰਡਾ ਖਾ ਗਈ, ਬੁੜੀਆਂ ਕਰਦੀਆਂ ਨੇ ਪਿੰਡਾਂ ਚ, ਹਾਏ ਹਾਏ ਤੂੰ ਤਾਂ ਕਿੱਥੋਂ ਆ ਗਈ ਕਲੈਣੀ, ਤੂੰ ਤਾਂ ਮੇਰਾ ਘਰ ਵਾਲਾ ਖਾ ਗਈ, ਮੁੰਡਾ ਖਾ ਗਈ, ਤੂੰ ਤਾਂ ਫਰਾਂ ਕਰਦੀ ਨਾ, ਇਹ ਸਾਡੇ ਚੱਲਦਾ ਹੈ। ਆਹੀ ਹਾਲ ਸੀ ਕਿ ਉਹ ਜ਼ਿੰਦਗੀ ਦੇ ਵਿੱਚ ਰੱਬ ਨਾਲ ਖਾ ਪਿਆ। ਹੁਣ ਦੇਖੋ ਤਪੋ ਰਾਜ ਰਾਜੋ ਨਰਕ ਕਿਵੇਂ ਬਣਦਾ ਹੈ, ਰੱਬ ਨਾਲ ਖਹਿੰਦਾ 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 ਦੁਸ਼ਮਣੀ ਆਪਣੀ ਧੀ ਨਾਲ ਕੱਢਣ ਲੱਗ ਪਿਆ। ਧੀ ਨੂੰ ਉਹਨੇ ਪੁੱਛਿਆ ਸਾਰੀਆਂ ਧੀਆਂ ਨੂੰ, ਤੁਸੀਂ ਕਿਹਦਾ ਦਿੱਤਾ ਖਾਂਦੇ ਹੋ? ਉਹ ਕਹਿੰਦੇ ਮਹਾਰਾਜ ਤੁਹਾਡਾ। ਤੁਸੀਂ ਕਿਹਦਾ ਦਿੱਤਾ ਖਾਂਦੇ ਹੋ? ਮਹਾਰਾਜ ਤੁਹਾਡਾ। ਕਹਿੰਦਾ ਇੱਕ ਇਹ ਨੇ ਮੇਰੀ ਪ੍ਰਜਾ ਜਿਹੜੀ ਕਹਿੰਦੀ ਹੈ ਤੇਰਾ ਦਿੱਤਾ ਖਾਂਦੇ, ਤੇ ਕੇ ਇੱਦਾਂ ਸੀ ਨਾ, ਜਿਹੜੀ ਕਹਿੰਦੀ ਹੈ ਕਿ ਮੈਂ ਰੱਬ ਦਿੱਤਾ ਖਾਂਦੀ ਹਾਂ, ਲੈ ਮੈਂ ਹੁਣ ਇਹਨੂੰ ਦੱਸੂਗਾ ਵੀ ਤੇਰਾ ਰੱਬ ਨਾ ਤੈਨੂੰ ਕੁਛ ਨਹੀਂ ਦਿੰਦਾ, ਜੋ ਦਿੰਦਾ ਮੈਂ ਰੋਟੀ ਬੰਗਲਾ ਫਿੰਗਲਾ ਸਭ ਤੈਨੂੰ ਮੈਂ ਦਿੱਤਾ, ਪਰ ਮੈਂ ਤੈਨੂੰ ਦੱਸੂ ਬਣਦਾ ਕੀ ਹੈ। ਉਹ ਆਪਣੇ ਬਾਪ ਦੇ ਸਾਹਮਣੇ ਕਦੇ ਨਹੀਂ ਬੋਲੀ। ਉਹਨੇ ਹੁਣ ਸਭ ਤੋਂ ਵੱਡੀ ਸਜ਼ਾ ਸੋਚ ਲਈ ਵੀ ਇਹਨੂੰ ਪਿੰਗਲੇ ਨਾਲ ਵਿਆਹਣਾ, ਹਾਲਾਂਕਿ ਉਹਦਾ ਰਿਸ਼ਤਾ ਹੋ ਗਿਆ ਰਾਜੇ ਨਾਲ। ਅੱਛਾ, ਹਾਂਜੀ, ਰਾਜੇ ਦੇ ਮੁੰਡੇ ਨਾਲ ਰਿਸ਼ਤਾ ਘੁੱਗੀ ਜੀ ਮੰਗ ਕੇ ਲੈ ਗਏ ਫਿਲਮ ਦੇ ਵਿੱਚ, ਤੇ ਉਹਨਾਂ ਨੇ ਹਾਂ ਵੀ ਕਰਤੀ ਕਿਉਂਕਿ ਉਹ ਵੱਡਾ ਰਾਜਾ ਸੀ। ਲੇਕਿਨ ਉਸ ਤੋਂ ਬਾਵਜੂਦ ਵੀ ਉਹਨੇ ਜਦ ਕਿਹਾ ਨਾ ਰੱਬ, ਤੇ ਫਿਰ ਉਹ ਕਹਿੰਦਾ ਰੱਬ ਰੱਬ ਰੱਬ, ਇਹਦੇ ਚੋਂ ਰੱਬ ਗਿਆ ਨੀ, ਉਹਨੂੰ ਲੱਭੋ ਜਿਹੜਾ ਇਹਨੂੰ ਸਿਖਾਉਂਦਾ ਵੀ ਰੱਬ ਕੌਣ ਹੈ, ਗੁਰੂ ਨਾਨਕ ਦੀ ਗੱਲ ਕਰਦੀ ਹੈ, ਇਹਨੂੰ ਗੁਰੂ ਨਾਨਕ ਬਾਰੇ ਦੱਸਿਆ ਕੀ ਨਹੀਂ, ਉਹ ਲੱਭੋ। ਉਹ ਸੁਨੀਤਾ ਧੀਰ ਨੇ ਰੋਲ ਕੀਤਾ। ਹੁਣ ਉਹਨੂੰ ਕੀ ਕਹਿੰਦਾ, ਮੈਂ ਤੁਹਾਨੂੰ ਪਿਕਚਰ ਤਾਂ ਕਹਾਣੀ ਸੁਣਾਉਣਾ ਕਿ ਮੇਰੇ ਘਰ 'ਚ ਰਹਿ ਕੇ, ਮੇਰੇ ਮਹਿਲ 'ਚ ਰਹਿ ਕੇ, ਮੇਰੇ ਹੀ ਆਪਣੇ ਮੇਰੇ ਖਿਲਾਫ, ਕਿਉਂਕਿ ਉਹਨੂੰ ਛੋਟੀ ਜੀ ਨੂੰ ਕੀ ਸਿਖਾਉਂਦੀ ਹੈ, ਗੁਰੂਆਂ ਦੀਆਂ ਕਹਾਣੀਆਂ, ਰੱਬ ਦੀਆਂ ਕਹਾਣੀਆਂ। ਤੁਸੀਂ ਰਜਨੀ ਬਾਰੇ ਗੱਲ ਪੁੱਛੀ ਸੀ ਕਿ ਜੀ ਤੁਸੀਂ ਇਹ ਕਿਵੇਂ, ਉਹ ਇਸ ਤਰ੍ਹਾਂ ਦੀ ਸੀਗੀ ਕਿਉਂਕਿ ਉਹਦਾ ਗੁਰੂ ਇਸ ਤਰ੍ਹਾਂ ਦਾ ਸੀ, ਉਹਦਾ ਟੀਚਰ ਇਹੋ ਜਿਹਾ ਸੀ। ਪਿਕਚਰ ਦੇ ਟੀਚਰ ਦਾ ਸੁਨੀਤਾ ਧੀਰ ਹੈ ਜੋ ਰੱਬ ਬਾਰੇ ਉਹਨੂੰ ਮਾਰਦਾ ਕੋੜੇ, ਉਹ ਮਰ ਜਾਂਦੀ ਹੈ ਅਖੀਰ 'ਚ, ਉਹੀ ਕਹਿੰਦੀ ਮੇਰਾ ਬਾਬਾ ਨਾਨਕ ਤੇ ਖੂਨ ਡਿੱਗਦਾ ਉਹਦੇ ਨੱਕ 'ਚੋਂ, ਮਰ ਜਾਂਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਰਾਜਾ ਅੱਜ ਉਸ ਅੰਨਾ ਹੋਇਆ ਪੁੱਤਰ ਮੂੰਹ ਦੇ ਵਿੱਚ ਉਹ ਕੁਛ ਕਰ ਬੈਠਿਆ, ਅਖੀਰ ਦੇ ਵਿੱਚ ਉਹ ਧੀ ਉਹਨੂੰ ਕੋੜ ਹੋਇਆ ਹੋਇਆ ਪਿਆ ਮੰਜੇ ਤੇ, ਹਾਂਜੀ, ਦੇਖਿਓ ਸੀਨ, ਉਹ ਦੇਖੇ ਨਹੀਂ ਜਾਂਦੇ, ਫਿਰ ਵੀ ਉਹ ਧੀ ਲਿਆ ਕੇ ਜਿੱਥੋਂ ਠੀਕ ਹੋਇਆ ਸੀ ਦੁੱਖ ਪੰਜਣੀ ਬੇਰੀ ਤੋਂ ਲਿਆ ਕੇ ਅੰਮ੍ਰਿਤ ਆਪਣੇ ਪਹਿਲਾਂ ਪਿਓ ਦੇ ਮੂੰਹ 'ਚ ਪਾਉਂਦੀ ਹੈ ਤੇ ਉਹ ਮਾਫ਼ੀ ਮੰਗਦਾ, ਮੇਰੇ ਤੋਂ ਧੀ ਗਲਤੀ। ਆਹ ਕਹਾਣੀ ਦਾ ਜਿਹੜਾ ਰੁੱਖ ਮੈਂ ਤੁਹਾਨੂੰ ਸੁਣਾਇਆ ਹੈ ਧੀ ਅਤੇ ਪਿਓ ਦਾ, ਇਹ ਐਡਾ ਕੁ ਖੂਬਸੂਰਤ ਹੈ ਕਿ ਜਿਸ ਪਿਆਰੀ ਧੀ ਨੂੰ ਮੈਂ ਤਖਤੋ ਤਾਜ ਤੇ ਬਿਠਾਉਣਾ ਸੀ, ਉਹਨੂੰ ਦੁੱਖ ਦਿੱਤੇ, ਉਹਦੀ ਸਜ਼ਾ ਉਹਨੂੰ ਮਿਲੀ, ਜਿਸ ਧੀ ਨੇ ਦੁੱਖ ਭੋਗੇ ਉਹਦੇ ਵਿਸ਼ਵਾਸ ਦੇ ਵਿੱਚ ਉਹਨੂੰ ਰਾਜ ਗੱਦੀ ਤੇ ਰਾਜ ਬਾਗ ਮਿਲ ਗਿਆ।